ਯੈਲੋ ਕਲਰ ਦੀ ਰੈਮ ਗੱਡੀ, ਰੈਮ ਟਰੱਕ, ਆ ਗੱਡੀ ਨੂੰ ਚੋਰੀ ਕੀਤਾ ਗਿਆ। ਹੁਣ ਜਿਹੜੇ ਹੋਮ ਓਨਰਸ ਹੈ ਉਹਨਾਂ ਨੇ ਗੱਡੀ ਡਰਾਈਵੇ 'ਤੇ ਖੜੀ ਹੈ, ਗੱਡੀ ਦੇ ਪਿੱਛੇ ਇੱਕ ਹੋਰ ਗੱਡੀ ਲਾਈ ਹੈ ਤਾਂ ਕਿ ਕੋਈ ਵੀ ਚੋਰ ਹਿੰਮਤ ਨਾ ਕਰ ਸਕੇ। ਜਿਹੜੇ ਥੀਵਸ ਹੈ ਉਹ ਦੋ ਗੱਡੀਆਂ ਚਾਹੁੰਦੇ ਹੈ, ਕਿਸ ਹਿਸਾਬ ਦੇ ਨਾਲ ਜਿਹੜੇ ਪਿੱਛੇ ਗੱਡੀ ਬਲੌਕ ਕੀਤੀ ਗਈ ਹੈ ਉਹਨੂੰ ਧੱਕਾ ਮਾਰ ਕੇ ਦੂਜੀ ਗੱਡੀ ਨਾਲ ਉਹਨੂੰ ਅੱਗੇ ਕਰਦੇ ਹੈ ਔਰ ਯੈਲੋ ਕਲਰ ਦੀ ਜਿਹੜੀ ਰੈਮ ਗੱਡੀ ਹੈ ਇਹਨੂੰ ਖੋਲ੍ਹ ਕੇ ਲੈ ਕੇ ਚਲੇ ਜਾਂਦੇ ਹੈ। ਨਵੀਆਂ ਗੱਡੀਆਂ ਵਿਕ ਰਹੀਆਂ, ਇੰਸ਼ੋਰੈਂਸ ਕਲੇਮ ਦੇ ਰਿਹਾ, ਪੁਰਾਣੀਆਂ ਗੱਡੀਆਂ ਚੋਰੀ ਹੋ ਰਹੀਆਂ, ਬਿਲੀਅਨਸ ਡਾਲਰ ਦਾ ਲੌਸ ਜਿਹੜਾ ਹੈ ਉਹ ਕੈਨੇਡੀਅਨ ਇਕਾਨਮੀ ਨੂੰ ਹੋ ਰਿਹਾ। ਪ੍ਰਾਈਮ ਅਲਰਟ ਦੇ ਅੰਦਰ ਗੱਲ ਕਰਦੇ ਹਾਂ ਕਿ ਇਸ ਹਫ਼ਤੇ ਔਰ ਪਿਛਲੇ ਹਫ਼ਤੇ ਸਿਟੀ ਆਫ ਬ੍ਰਾਂਪਟਨ ਪੀਲ ਰੀਜਨ ਦੇ ਅੰਦਰ ਦੋ ਗੱਡੀਆਂ ਹੋਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਗੱਡੀਆਂ ਚੋਰੀ ਦਾ ਜਿਹੜਾ ਸਿਲਸਿਲਾ ਉਹ ਬੰਦ ਨਹੀਂ ਹੋ ਰਿਹਾ। ਸਾਡੀ ਸਰਕਾਰਾਂ ਜਿੱਥੇ ਅਨਾਊਂਸਮੈਂਟਸ 'ਤੇ ਅਨਾਊਂਸਮੈਂਟਸ ਕਰਦੀ ਹੈ ਕਿ ਅਸੀਂ ਗੱਡੀਆਂ ਚੋਰੀ ਦੇ ਉੱਪਰ ਅਸੀਂ ਸਟੈਪ ਲੈ ਰਹੇ ਹਾਂ, ਨੈਸ਼ਨਲ ਪਲਾਨ ਬਣਾਇਆ, ਜਾਂ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਬੈਨ ਹੋਊਗੇ 3 ਸਾਲ ਲਈ, 10 ਸਾਲ ਲਈ, ਲੇਕਿਨ ਗੱਡੀਆਂ ਚੋਰੀ ਦਾ ਜਿਹੜਾ ਸਿਲਸਿਲਾ ਉਹ ਹਾਲੇ ਵੀ ਚੱਲ ਰਿਹਾ। ਪੁਲਿਸ ਦੀ ਤਰਫ ਤੋਂ ਬੰਦੇ ਫੜੇ ਜਾਂਦੇ ਹੈ, ਕ੍ਰਿਮੀਨਲਸ ਫੜੇ ਜਾਂਦੇ ਹੈ, ਗੱਡੀਆਂ ਰਿਕਵਰ ਕੀਤੀਆਂ ਜਾਂਦੀਆਂ, ਲੇਕਿਨ ਸਾਡਾ ਸਿਸਟਮ ਰਾਈਟ ਹੋਏ ਉਹਨਾਂ ਨੂੰ ਬੇਲ 'ਤੇ ਛੱਡ ਦਿੰਦਾ। ਸੋ ਡਿਮਾਂਡ ਕੈਨੇਡੀਅਨਸ ਤੋਂ ਆ ਆਈ ਸੀ ਕਿ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਨੂੰ ਲੌਂਗ ਟਰਮ ਲਈ ਜੇਲ੍ਹ ਦੇ ਪਿੱਛੇ ਰੱਖਿਆ ਜਾਏ। ਇਹਦੇ ਉੱਪਰ ਓਪੋਜੀਸ਼ਨ ਪਾਰਟੀ ਨੇ ਇੱਕ ਬਿੱਲ ਵੀ ਲਿਆਂਦਾ ਸੀ, ਬਿੱਲ C-381 ਪਾਰਲੀਮੈਂਟ ਦੇ ਅੰਦਰ, ਪ੍ਰਾਈਵੇਟ ਮੈਂਬਰਸ ਬਿੱਲ, ਲੇਕਿਨ ਉਹ ਪਾਸ ਨਹੀਂ ਹੋ ਪਾਇਆ, ਉਹਦੇ 'ਤੇ ਵੋਟਿੰਗ ਅਗੇਂਸਟ ਹੋਈ। ਸਾਡੇ ਕ੍ਰਿਮੀਨਲਸ ਨੂੰ ਜੇਲ੍ਹ ਦੇ ਪਿੱਛੇ ਹੋਣਾ ਚਾਹੀਦਾ ਬਿਕੋਜ਼ ਆ ਰਿਪੀਟਿਡ ਅਫੈਂਡਰਸ ਹੈ, ਆ ਬਾਰ ਬਾਰ ਛੱਡਦੇ ਹੈ। ਕੈਚ ਐਂਡ ਰਿਲੀਜ਼ ਪੋਲਿਸੀ ਦੀ ਪੂਰੇ ਕੈਨੇਡਾ 'ਚ ਗੱਲ ਚੱਲਦੀ ਹੈ। ਅਸੀਂ ਦੋ ਵੀਡੀਓ ਇੱਦਾਂ ਦੇ ਦੇਖਦੇ ਹਾਂ ਜਿਹੜੇ ਇਸ ਹਫ਼ਤੇ ਔਰ ਲਾਸਟ ਵੀਕ ਦੇ ਹੈ ਸਿਟੀ ਆਫ ਬ੍ਰਾਂਪਟਨ ਤੋਂ ਪੀਲ ਰੀਜਨ ਦੇ ਅੰਦਰੋਂ। ਪਹਿਲਾ ਵੀਡੀਓ ਅਸੀਂ ਇੱਥੇ ਦੇਖਦੇ ਹਾਂ, ਆ ਜੋ ਵੀਡੀਓ ਚੱਲ ਰਿਹਾ ਇੱਥੇ, ਯੈਲੋ ਕਲਰ ਦੀ ਰੈਮ ਗੱਡੀ, ਰੈਮ ਟਰੱਕ, ਆ ਗੱਡੀ ਨੂੰ ਚੋਰੀ ਕੀਤਾ ਗਿਆ। ਹੁਣ ਜਿਹੜੇ ਹੋਮ ਓਨਰਸ ਹੈ ਉਹਨਾਂ ਨੇ ਗੱਡੀ ਡਰਾਈਵੇ 'ਤੇ ਖੜੀ ਹੈ, ਗੱਡੀ ਦੇ ਪਿੱਛੇ ਇੱਕ ਹੋਰ ਗੱਡੀ ਲਾਈ ਹੈ ਤਾਂ ਕਿ ਕੋਈ ਵੀ ਚੋਰ ਹਿੰਮਤ ਨਾ ਕਰ ਸਕੇ। ਇਸ ਹੋਮ ਓਨਰ ਦੇ ਗਰਾਜ 'ਚ ਵੀ ਗੱਡੀਆਂ ਖੜੀਆਂ, ਡਰਾਈਵੇ 'ਤੇ ਵੀ ਹੈ, ਹਰ ਘਰ 'ਚ ਅਪਰੋਕਸੀਮੇਟਲੀ 4-5 ਗੱਡੀਆਂ ਹੁੰਦੀਆਂ, ਹਰ ਮੈਂਬਰ ਦੀ ਆਪਣੀ ਗੱਡੀ, ਲੇਕਿਨ ਡਰਾਈਵੇ ਦੇ ਪਿੱਛੇ ਗੱਡੀ ਉਹਨਾਂ ਨੇ ਇੱਕ ਬਲੌਕ ਕਰਕੇ ਰੱਖੀ ਹੈ ਤਾਂ ਕਿ ਸਾਡੀ ਗੱਡੀ ਕੋਈ ਕੱਢ ਨਾ ਸਕੇ। ਲੇਕਿਨ ਜਿਹੜੇ ਥੀਵਸ ਹੈ ਉਹ ਦੋ ਗੱਡੀਆਂ ਚਾਹੁੰਦੇ ਹੈ, ਕਿਸ ਹਿਸਾਬ ਦੇ ਨਾਲ ਜਿਹੜੇ ਪਿੱਛੇ ਗੱਡੀ ਬਲੌਕ ਕੀਤੀ ਗਈ ਹੈ ਉਹਨੂੰ ਧੱਕਾ ਮਾਰ ਕੇ ਦੂਜੀ ਗੱਡੀ ਨਾਲ ਉਹਨੂੰ ਅੱਗੇ ਕਰਦੇ ਹੈ ਔਰ ਯੈਲੋ ਕਲਰ ਦੀ ਜਿਹੜੀ ਰੈਮ ਗੱਡੀ ਹੈ ਇਹਨੂੰ ਖੋਲ੍ਹ ਕੇ ਲੈ ਕੇ ਚਲੇ ਜਾਂਦੇ ਹੈ। ਜਿਹੜੇ ਹੋਮ ਓਨਰ ਹੈ ਉਹਨਾਂ ਨੇ ਕਾਲ ਕੀਤੀ ਹੈ ਸਭ ਤੋਂ ਪਹਿਲੇ ਪੀਲ ਪੁਲਿਸ ਨੂੰ, ਕਿਉਂਕਿ ਪੀਲ ਪੁਲਿਸ ਨੇ ਕਿਹਾ ਕਿ ਆ ਸਾਡੇ ਏਰੀਆ 'ਚ ਨਹੀਂ ਹੈ ਗੱਡੀ, ਇੱਥੋਂ ਚੋਰੀ ਹੋ ਚੁੱਕੀ ਹੈ। 4 ਘੰਟੇ ਦੇ ਬਾਅਦ ਪੁਲਿਸ ਪਹੁੰਚਦੀ ਹੈ, ਰਾਤੀ 3 ਵਜੇ ਦੀ ਘਟਨਾ ਹੈ, 24 ਮਈ ਨੂੰ, 24 ਮਈ ਦੀ ਆ ਇੰਸੀਡੈਂਸ ਹੈ, 3 ਵਜੇ ਰਾਤੀ। 4 ਘੰਟੇ ਦੇ ਬਾਅਦ ਪੁਲਿਸ ਜਦ ਉੱਥੇ ਪਹੁੰਚਦੀ, ਉਹ ਕਹਿੰਦੇ ਜਿਹੜੀ ਆ ਗੱਡੀ ਹੈ, ਟਰੈਕਰ ਲੱਗਿਆ ਸੀਗਾ, ਆ ਗੱਡੀ ਹੋਮ ਓਨਰ ਨੇ ਟਰੈਕ ਕਰ ਲਈ ਕਿ ਯੋਰਕ ਰੀਜਨ 'ਚ ਹੈ, CP ਰੇਲ ਦੇ ਯਾਰਡ ਦੇ ਅੰਦਰ। ਯੋਰਕ ਪੁਲਿਸ ਨੂੰ ਫੋਨ ਕੀਤਾ ਗਿਆ ਤਾਂ ਯੋਰਕ ਪੁਲਿਸ ਕਹਿੰਦੀ ਹੈ ਕਿ ਅਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਆ CP ਰੇਲ ਦੇ ਅੰਡਰ ਹੈ, CP ਰੇਲ 'ਚ ਹੈਗੀ, ਅਸੀਂ ਕੁਛ ਨਹੀਂ ਕਰ ਸਕਦੇ। ਪੀਲ ਪੁਲਿਸ ਕਹਿੰਦੀ ਹੈ ਕਿਉਂਕਿ ਆ ਗੱਡੀ ਪੀਲ ਰੀਜਨ 'ਚ ਨਹੀਂ ਹੈ ਅਤੇ ਅਸੀਂ ਕੁਛ ਨਹੀਂ ਕਰ ਸਕਦੇ। ਸੋ ਗੱਡੀ ਚੋਰੀ ਹੋ ਗਈ, ਗੱਡੀ ਮੌਂਟਰੀਅਲ ਪੋਰਟ ਚਲੀ ਗਈ, ਉੱਥੋਂ ਹੋ ਸਕਦਾ ਬਾਹਰ ਚਲੀ ਜਾਏ, ਹੋ ਸਕਦਾ ਰਿਕਵਰ ਆ ਜਾਏ, ਲੇਕਿਨ ਗੱਡੀ ਚੋਰੀ ਹੋ ਗਈ। ਕੋਈ ਵੀ ਗੱਡੀ ਦੀ ਵੈਲਿਊ $60,000 ਜਾਂ $1,00,000 ਤੋਂ ਘੱਟ ਨਹੀਂ ਹੈ। ਸੋ ਹੁੰਦਾ ਕੀ ਹੈ ਕਿ ਗੱਡੀਆਂ ਚੋਰੀ ਹੋ ਜਾਂਦੀਆਂ, 14-20 ਦਿਨ ਦੇ ਅੰਦਰ ਗੱਡੀ ਰਿਕਵਰ ਨਹੀਂ ਹੁੰਦੀ ਅਤੇ ਇੰਸ਼ੋਰੈਂਸ ਕੰਪਨੀ ਤੁਹਾਨੂੰ ਕਲੇਮ ਦੇ ਦਿੰਦੀ ਹੈ, ਟੈਕਸਪੇਅਰਸ ਦਾ ਮਨੀ, ਤੁਹਾਡੀ ਇੰਸ਼ੋਰੈਂਸ ਵੀ ਵੱਧਦੀ ਹੈ, ਕਲੇਮ ਵੀ ਮਿਲ ਜਾਂਦੇ ਹੈ। ਜਿਸ ਟਾਈਮ ਗੱਡੀ ਰਿਕਵਰ ਹੁੰਦੀ ਹੈ ਉਹਦੇ ਬਾਅਦ ਉਹ ਰਿਕਵਰ ਗੱਡੀਆਂ ਦਾ ਹੁੰਦਾ ਕੀ ਹੈ, ਅਸੀਂ ਵੀ ਇਹ ਸਵਾਲ ਰੱਖਿਆ ਪੀਲ ਪੁਲਿਸ ਦੇ ਸਾਹਮਣੇ, ਉਹ ਗੱਡੀਆਂ ਦਾ ਹੁੰਦਾ ਕੀ ਹੈ, ਉਹ ਗੱਡੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀ ਨੂੰ ਵਾਪਸ ਦੇ ਦਿੱਤੀਆਂ ਜਾਂਦੀਆਂ। ਸੋ ਇੰਸ਼ੋਰੈਂਸ ਦਾ ਬਹੁਤ ਵੱਡਾ ਇੱਥੇ ਰੋਲ ਹੈ। ਸੋ ਆਹ ਜਿਹੜਾ ਯੈਲੋ ਕਲਰ ਦਾ ਰੈਮ ਟਰੱਕ ਹੈ, ਆਹ ਸਿਟੀ ਆਫ ਬ੍ਰਾਂਪਟਨ 'ਚੋਂ ਚੋਰੀ ਹੋ ਗਿਆ।
ਅੱਜ ਦਿਨ ਇੱਦਾਂ ਦੇ ਵੀਡੀਓ ਲੋਕ ਸ਼ੇਅਰ ਕਰਦੇ ਹੈ, ਮੀਡੀਆ ਨੂੰ ਵੀ ਭੇਜਦੇ ਹੈ, ਸਭ ਦੇ ਨਾਲ ਸ਼ੇਅਰ ਕਰਦੇ ਹੈ, ਕਿਉਂਕਿ ਗੱਡੀਆਂ ਚੋਰੀ ਜਿਹੜਾ ਹੈ, ਨਵੀਆਂ ਗੱਡੀਆਂ ਵਿਕ ਰਹੀਆਂ, ਇੰਸ਼ੋਰੈਂਸ ਕਲੇਮ ਦੇ ਰਿਹਾ, ਪੁਰਾਣੀਆਂ ਗੱਡੀਆਂ ਚੋਰੀ ਹੋ ਰਹੀਆਂ, ਬਿਲੀਅਨਸ ਡਾਲਰ ਦਾ ਲੌਸ ਜਿਹੜਾ ਹੈ ਉਹ ਕੈਨੇਡੀਅਨ ਇਕਾਨਮੀ ਨੂੰ ਹੋ ਰਿਹਾ। ਇੱਕ ਸਾਲ ਦਾ ਲੌਸ ਨਹੀਂ ਹੈ, ਪਿਛਲੇ ਕਿੰਨੇ ਸਾਲਾਂ ਤੋਂ ਮਿਲੀਅਨ ਬਿਲੀਅਨ ਡਾਲਰਸ ਦੇ ਲੌਸ ਕੈਨੇਡੀਅਨ ਟੈਕਸਪੇਅਰ ਜਿਹੜੇ ਚੱਲ ਰਹੇ ਹੈ। ਔਰ ਡਿਮਾਂਡ ਆਉਂਦੀ ਹੈ ਕੈਨੇਡੀਅਨਸ ਦੀ ਤਰਫ ਤੋਂ ਕਿ ਜਿਹੜੇ ਚੋਰ ਜਦ ਫੜੇ ਜਾਂਦੇ ਹੈ, ਪੁਲਿਸ ਆਪਣਾ ਕੰਮ ਕਰਦੀ ਹੈ ਅਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਿਉਂ ਨਹੀਂ ਰੱਖਿਆ ਜਾਂਦਾ, ਉਹਨਾਂ ਨੂੰ ਬੇਲ 'ਤੇ ਕਿਉਂ ਛੱਡ ਦਿੱਤਾ ਜਾਂਦਾ, ਜਿਸ ਟਾਈਮ ਆ ਇੱਕ ਬਹੁਤ ਵੱਡਾ ਹੀਨੀਅਸ ਕ੍ਰਾਈਮ ਹੈ। ਸੋ ਆਹ ਵੀਡੀਓ ਇੱਕ ਵਾਰ ਫਿਰ ਪਲੇ ਕਰਦੇ ਹਾਂ, ਦੇਖੋ ਕਿ ਕਿਸ ਹਿਸਾਬ ਨਾਲ ਡਰਾਈਵੇ ਤੋਂ ਗੱਡੀ ਚੋਰੀ ਕੀਤੀ ਗਈ। ਔਰ ਲੋਕਾਂ ਨੇ ਅੱਜ ਕੱਲ੍ਹ ਆਪਣੀ ਸੀਟ ਦੇ ਉੱਪਰ ਸਿਕਿਉਰਿਟੀ ਵਾਲੇ ਵੀ ਹਾਇਰ ਕੀਤੇ ਹੋਏ ਹੈ, ਜਿਹੜੇ ਕਿ ਅਲਾਰਮ ਕਰਦੇ ਹੈ ਕਿ ਆਹ ਗੱਡੀ ਇੱਥੇ ਕੋਈ ਚੋਰ ਨਾ ਆਏ। ਲੇਕਿਨ ਚੋਰਾਂ ਦੀ ਹਿੰਮਤ ਦੇਖੋ ਕਿ ਸਿਕਿਉਰਿਟੀ ਮੌਜੂਦ ਹੋਣ ਦੇ ਬਾਵਜੂਦ ਵੀ ਘਰਾਂ ਦੇ ਡਰਾਈਵੇ ਤੋਂ, ਸੜਕਾਂ ਤੋਂ, ਮੌਲਸ ਤੋਂ ਗੱਡੀਆਂ ਚੋਰੀ ਹੋਈ ਜਾ ਰਹੀਆਂ। ਸੋ ਆਹ ਜਿਹੜੀ ਗੱਡੀ ਚੋਰੀ ਹੋਈ ਹੈ, ਇਸ ਏਰੀਆ 'ਚ ਵੀ ਸਿਕਿਉਰਿਟੀ ਵਾਲਾ ਮੌਜੂਦ ਸੀਗਾ, ਰਾਤੀ ਉਹ ਗਸ਼ਤ 'ਤੇ ਸੀ, ਲੇਕਿਨ ਸਟਿਲ ਗੱਡੀ ਉੱਥੋਂ ਡਰਾਈਵੇ ਤੋਂ ਚੋਰੀ ਹੋ ਗਈ। ਆਹ ਵੀਡੀਓ ਇੱਥੇ ਦੇਖਦੇ ਹਾਂ ਪੂਰਾ। ਹੁਣ ਅਸੀਂ ਦੇਖਦੇ ਹਾਂ ਇੱਕ ਹੋਰ ਵੀਡੀਓ ਸਿਟੀ ਆਫ ਬ੍ਰੈਂਪਟਨ ਦੇ ਡਰਾਈਵੇ ਤੋਂ। ਆਹ ਜਿਹੜੀ ਗੱਡੀ ਹੈ, ਰੈਮ ਦਾ ਟਰੱਕ, ਗ੍ਰੇ ਕਲਰ ਦਾ, ਆਹ ਗੱਡੀ ਨੂੰ ਚੋਰਾਂ ਨੇ ਟਰੈਕ ਕੀਤਾ, ਟਰੈਕਰ ਲਾਇਆ, ਔਰ ਆ ਗੱਡੀ ਜਿਹੜੀ ਹੈ ਟਰੈਕ ਕਰਦੇ ਆ ਇਹਨਾਂ ਨੇ ਜਦ ਡਰਾਈਵੇ 'ਤੇ ਆ ਕੇ ਖੜ੍ਹਾ ਹੋਇਆ ਅਤੇ ਇਹਨਾਂ ਨੇ ਟਰੈਕ ਕਰ ਲਿਆ ਚੋਰਾਂ ਨੇ ਕਿ ਆ ਇਸ ਘਰ 'ਚ ਟਰੱਕ ਖੜ੍ਹਾ। ਲੇਕਿਨ ਹੋਮ ਓਨਰਸ ਨੂੰ ਉਹਨਾਂ ਦੀ ਐਪ ਤੋਂ ਪਤਾ ਚੱਲ ਗਿਆ ਕਿ ਸਾਡੀ ਗੱਡੀ ਦੇ ਉੱਪਰ ਇੱਕ ਟਰੈਕਰ ਲੱਗਾ ਹੋਇਆ, ਉਹਨਾਂ ਨੇ ਉਹ ਟਰੈਕਰ ਗੱਡੀ ਦੇ ਥੱਲਿਓਂ ਉਤਾਰਤਾ। ਸੋ ਗੱਡੀ ਇਹਨਾਂ ਦੀ ਬਚ ਗਈ, ਚੋਰ ਜਿਹੜੇ ਆ ਟਰੈਕ ਨਹੀਂ ਕਰ ਪਾਏ ਗੱਡੀ ਨੂੰ। ਸੋ ਪਹਿਲਾ ਇੰਸੀਡੈਂਸ। ਲੇਕਿਨ ਸੇਮ ਜਿਸ ਹਿਸਾਬ ਨਾਲ ਕਹਿੰਦੇ ਕਿ ਜਿਹੜੀ ਗੱਡੀ, ਜਿਹੜੇ ਥੀਵਸ ਹੈ, ਆ ਜਿਹੜਾ ਔਰਗਨਾਈਜ਼ ਕ੍ਰਾਈਮ ਹੈ, ਇਹਨਾਂ ਦੀ ਅੱਖ ਲੱਗ ਜਾਏ ਆ ਗੱਡੀ ਅਸੀਂ ਲੈਣੀ ਹੈ, ਹੁੱਕਰ ਕਰੂਕੋ ਗੱਡੀ ਲੈ ਕੇ ਜਾਂਦੇ ਹੈ। ਸੋ ਦੂਜੀ ਵਾਰ, ਦੂਜੇ ਅਟੈਂਪਟ ਦੇ ਉੱਪਰ ਆ ਜਿਹੜਾ ਵੀਡੀਓ ਅਸੀਂ ਦੇਖ ਰਹੇ ਹਾਂ, ਸੈਕਿੰਡ ਅਟੈਂਪਟ ਹੈ, ਜਿੱਥੇ ਕਿ ਆ ਰੈਮ ਦੇ ਟਰੱਕ 'ਤੇ ਦੋ ਜਣੇ ਆਉਂਦੇ ਆ ਰਾਤੀ। ਆਹ ਜਿਹੜੀ ਘਟਨਾ ਹੈ 22 ਮਈ ਦੀ ਹੈ। ਸੋ ਦੋ ਜਣੇ ਆਉਂਦੇ ਹੈ, ਗੱਡੀ ਦੇ ਅੰਦਰ ਬੈਠਦੇ ਹੈ, ਗੱਡੀ ਨੂੰ ਖੋਲ੍ਹ ਲੈਂਦੇ ਹੈ, ਲੇਕਿਨ ਗੱਡੀ ਨੂੰ ਲੈ ਕੇ ਨਹੀਂ ਜਾਂਦੇ। ਹੋ ਸਕਦਾ ਉਹਨਾਂ ਨੇ ਚਾਬੀ ਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੋਏ, ਹੋ ਸਕਦਾ ਕੋਈ ਡਿਵਾਈਸ ਲਾਇਆ ਹੋਏ, ਹੋ ਸਕਦਾ ਟਰੈਕਰ ਲਾਇਆ ਹੋਏ। ਸੋ ਹੋਮ ਉਹਨਾਂ ਨੇ ਆ ਜਿਹੜਾ ਵੀਡੀਓ ਸ਼ੇਅਰ ਕੀਤਾ ਸਾਡੇ ਨਾਲ, ਉਹਨਾਂ ਤੋਂ ਜਾਣਦੇ ਹਾਂ ਸਾਰਾ ਇੰਸੀਡੈਂਸ ਹੋਇਆ ਕੀ। ਸੋ ਅੱਜ ਸੈਕਿੰਡ ਇੰਸੀਡੈਂਸ ਹੈ ਜਿਹਦੇ 'ਚ ਗੱਡੀ ਚੋਰੀ ਨਹੀਂ ਹੋਈ, ਲੇਕਿਨ ਜਿਹੜੇ ਥੀਵਸ ਹੈ ਉਹਨਾਂ ਦੀ ਅੱਖ ਇਸ ਗੱਡੀ 'ਤੇ ਹੈ। ਆ ਸੈਕਿੰਡ ਅਟੈਂਪਟ ਹੈ, ਪਹਿਲੇ ਅਟੈਂਪਟ 'ਚ ਟਰੈਕਰ ਹੋਮ ਉਹਨਾਂ ਨੂੰ ਮਿਲ ਗਿਆ, ਉਹਨਾਂ ਨੇ ਉਤਾਰਤਾ। ਸੈਕਿੰਡ ਅਟੈਂਪਟ ਦੇ ਅੰਦਰ ਉਹ ਡਰਾਈਵੇ 'ਤੇ ਪਹੁੰਚ ਗਏ ਚੋਰ, ਔਰ ਜਿਹੜਾ ਹੁਣ ਆ ਵੀਡੀਓ ਦੇਖ ਰਹੇ ਹਾਂ ਉਹਦੇ ਅੰਦਰ ਉਹ ਲੈ ਕੇ ਨਹੀਂ ਜਾ ਸਕੇ ਗੱਡੀ। ਲੇਕਿਨ ਹੋ ਸਕਦਾ ਥਰਡ ਅਟੈਂਪਟ 'ਤੇ ਜਾਂ ਕਿੱਥੇ ਮੌਲ 'ਚ ਖੜ੍ਹਾ ਹੋਇਆ ਟਰੱਕ ਜਾਂ ਕਿੱਥੇ ਹੋਏ, ਉਹਨਾਂ ਨੇ ਲੈ ਕੇ ਜਾਣਾ ਹੀ ਜਾਣਾ ਹੈ, ਕਿਉਂਕਿ ਉਹ ਗੱਡੀ ਦੇ ਅੰਦਰ ਜੋ 2-4 ਮਿੰਟ ਬੈਠੇ ਆ, ਉਹਨਾਂ ਨੇ ਕੁਛ ਨਾ ਕੁਛ ਉੱਥੇ ਤਾਰਾਂ ਉਹਨਾਂ ਦੀਆਂ ਜਾਂ ਟਰੈਕਰ ਲਾਇਆ ਜਾਂ ਉਹਨਾਂ ਨੇ ਚਾਬੀ ਉਹਨਾਂ ਨੇ ਕਾਪੀ ਕੀਤੀ ਹੈ। ਅਸੀਂ ਗੱਲਬਾਤ ਕਰਦੇ ਹੋਮ ਉਹਨਾਂ ਨਾਲ, ਉਹ ਦੱਸੂਗੇ ਕਿ ਕੀ ਸਾਰਾ ਇੰਸੀਡੈਂਸ ਹੋਇਆ। ਸੁਰਿੰਦਰ ਜੀ, ਸਾਨੂੰ ਦੱਸੋਗੇ ਸਾਰਾ ਇੰਸੀਡੈਂਸ ਕੀ ਹੈ ਔਰ ਤੁਹਾਡੀ ਗੱਡੀ ਬਚ ਗਈ ਹੈ ਚੋਰੀ ਹੁੰਦੇ? ਇਹ ਹੈਗਾ, ਆਪਾਂ ਹੈਗੇ ਹਾਂ ਜੀ ਮੇਫੀਲਡ ਗੌਰ ਰੋਡ ਐਂਡ ਤੇ ਜਾ ਕੇ, ਕੈਸਲ ਮੋਰ ਤੋਂ ਨੈਕਸਟ ਐਕਸਟੈਂਸ਼ਨ ਹੈਗੀ ਜਿਹੜੀ। 5 ਮਹੀਨੇ ਪਹਿਲਾਂ ਵੀ ਕਿਸੇ ਨੇ ਉਹ ਸੇਮ ਟਰੱਕ 'ਤੇ ਡਿਵਾਈਸ ਲਾਈ ਸੀਗੀ ਅਤੇ ਜਿਹੜੀ ਫਾਊਂਡ ਹੋ ਗਈ ਸੀ ਬੜੇ ਥੋੜ੍ਹੇ ਟਾਈਮ ਦੇ ਵਿੱਚ, ਕਿ ਐਪਲ ਫੋਨ 'ਤੇ ਉਹਦੀ ਟਰੈਕਿੰਗ ਦਾ ਆਉਣ ਲੱਗ ਪਿਆ ਸੀ। ਉਦੋਂ ਵੀ ਆਪਾਂ ਉਹਨੂੰ ਫਾਊਂਡ ਕਰਕੇ ਤਾਂ ਆਪਾਂ ਉੱਥੇ ਪੁਲਿਸ ਸਟੇਸ਼ਨ ਗਏ ਸੀਗੇ, ਉਹਨਾਂ ਨੇ ਡਿਵਾਈਸ ਲਾ ਲਈ, ਕਹਿੰਦੇ ਜੇ ਨੈਕਸਟ ਹੋਵੇ ਤਾਂ ਸਾਨੂੰ ਦੁਬਾਰਾ ਕਾਲ ਕਰੋ ਤੁਸੀਂ।
ਨੈਕਸਟ ਹੋਣਾ ਜਿਹੜਾ 3-4 ਦਿਨ ਪਹਿਲਾਂ ਹੋਇਆ ਰਾਤ ਨੂੰ, ਪਤਾ ਨਹੀਂ ਲੱਗਾ, ਕੈਮਰੇ ਵੀ ਵੋਇਸ ਵਾਲੇ ਲੱਗੇ, ਸਾਰਾ ਕੁਛ ਲੱਗਾ ਆ, ਤੇ ਜਿਹੜੀ ਰਿਕਾਰਡਿੰਗ ਤੁਹਾਨੂੰ ਭੇਜੀ ਆ, ਆਏ ਦੋ ਜਣੇ ਗੱਡੀ ਪਾ ਕੇ ਆਏ ਆ, ਲੱਗੇ ਖੜੇ ਰਹੇ ਆ, ਉਹ ਤੋਂ ਬਾਅਦ ਪਿਛਲਾ ਸ਼ੀਸ਼ਾ ਤੋੜ ਕੇ ਟਰੱਕ ਦੇ ਵਿੱਚ ਵੜੇ ਆ, ਉਹਨਾਂ ਨੇ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਕੋਈ ਕੀ ਬਣਾ ਕੇ ਲੈ ਕੇ ਗਏ, ਕੀ ਕੀਤਾ ਆਪਾਂ ਨੂੰ ਨਹੀਂ ਪਤਾ। ਕੁਛ ਟਾਈਮ ਲਾਉਣ ਤੋਂ ਬਾਅਦ ਉੱਥੋਂ ਚਲੇ ਗਏ, ਫਿਰ ਉਹ ਜਾ ਕੇ ਸੇਮ ਗੱਡੀ 'ਚ ਬੈਠ ਗਏ, ਉਸ ਤੋਂ ਬਾਅਦ ਫਿਰ ਵਾਪਸ ਚਲੇ ਗਏ। ਇਹਦੇ ਪਿੱਛੇ ਟਰੱਕ ਲੱਗਾ ਸੀ, ਸਾਈਡਾਂ ਤੇ ਦੋ ਗੱਡੀਆਂ ਲੱਗੀਆਂ ਸੀ, ਟਰੱਕ ਕੱਢਦੇ ਕਿੱਦਾਂ ਵਿੱਚੋਂ? ਪਹਿਲੀ ਗੱਲ ਤੇ ਇਹ ਹੈਗੀ ਆ, ਜੇ ਕੱਢਦੇ ਤਾਂ ਲੱਗ ਦੀਆਂ ਗੱਡੀਆਂ ਵੀ ਤੋੜਦੇ ਜਾਂ ਬਾਕੀ ਗੱਡੀਆਂ ਵੀ ਲੈ ਕੇ ਜਾਂਦੇ। ਇਹ ਹੁਣ ਹੈਗਾ ਕਿ ਬੇਸਿਕਲੀ ਅਸੀਂ ਸੇਫ, ਬੱਚਿਆਂ ਦੀ ਸੇਫਟੀ ਲਈ, ਆਪਦੀ ਸੇਫਟੀ ਲਈ ਸਾਰੇ ਕੁਝ ਕੈਨੇਡਾ ਨੂੰ ਪ੍ਰੈਫਰ ਕਰਦੇ ਹਾਂ ਸਾਰੇ, ਕਿ ਉਹ ਬਹੁਤ ਵਧੀਆ ਸੇਫ ਜਗ੍ਹਾ। ਪਰ ਜਦੋਂ ਇਦਾਂ ਹੁੰਦਾ ਨਾ, ਕਿਤੇ ਇੱਕ ਡਰ ਹੈਗਾ ਕਿ ਇੰਡੀਆ ਵਾਲੀਆਂ ਚੀਜ਼ਾਂ ਕੈਨੇਡਾ 'ਚ ਆ ਗਈਆਂ, ਕਿ ਕਿਉਂ? ਇੱਕੋ ਹੀ ਕੁਸ਼ਚਨ ਆ ਗਵਰਨਮੈਂਟ ਤੋਂ ਕਿ ਇੱਦਾਂ ਕਿਉਂ? ਇਹਨਾਂ ਤੇ ਜੇ ਪੁਲਿਸ ਕੰਮ ਵੀ ਕਰਦੀ ਆ, ਉਹਨਾਂ ਨੂੰ ਫੜਦੀ ਵੀ ਆ, ਉਹਨਾਂ ਕੋਲ ਕੋਈ ਰਾਈਟ ਨਹੀਂ ਹੈਗਾ, ਅਗਲੇ ਦਿਨ ਬੇਲ ਲੈਣਗੇ ਵਾਪਸ ਆ ਜਾਣਗੇ। ਇਹ ਸਟੂਡੈਂਟ ਹੈਗੇ ਆ, ਇਹ ਰਿਫਿਊਜੀ ਹੈਗੇ ਆ, ਇਹ ਜਿਹੜੇ ਜਿਨ੍ਹਾਂ ਕੋਲ ਕੰਮ ਨਹੀਂ ਹੈਗਾ ਉਹ ਹੈਗੇ ਆ, ਜਾਂ ਕੋਈ ਟੈਰਰਿਸਟ ਕੌਣ ਹੈ, ਕਿਸੇ ਨੂੰ ਕੁਛ ਨਹੀਂ। ਜੇ ਕਿਸੇ ਨੂੰ ਪਤਾ ਆ ਤਾਂ ਮੇ ਬੀ ਉਹ ਪੁਲਿਸ ਨੂੰ ਜਾਂ ਗਵਰਨਮੈਂਟ ਨੂੰ, ਕਿੰਨੇ ਲਾਏ ਆ, ਕਿੱਦਾਂ ਲਾਏ ਆ, ਗੱਡੀਆਂ ਚੋਰੀ ਹੋ ਕੇ ਜਾਂਦੀਆਂ ਕਿੱਥੇ ਆ। ਆਪਾਂ ਇੰਨਾ ਟੈਕਸ ਭਰਦੇ ਹਾਂ, ਜੇ ਆਪਾਂ ਆਪਣੀ ਪਸੰਦ ਦੀ ਗੱਡੀ ਵੀ ਨਹੀਂ ਰੱਖ ਸਕਦੇ ਤਾਂ ਫਿਰ ਕੀ ਹੈਗਾ? ਅੱਗੇ ਤੁਹਾਡੇ ਸਾਹਮਣੇ ਆ ਸਾਰਾ ਕੁਝ। ਜਿਹੜੀ ਆ ਤੁਹਾਡੀ ਗੱਡੀ ਤੇ ਅਟੈਂਪਟ ਆ, ਸੈਕਿੰਡ ਟਾਈਮ ਅਟੈਂਪਟ ਹੋਇਆ, ਤੁਸੀਂ ਕਹਿੰਦੇ ਹੋ ਤੀਜੀ ਵਾਰ ਆ ਗੱਡੀ ਤਾਂ ਜਾਣੀ ਜਾਣੀ ਹੈ। ਸਾਨੂੰ ਤਾਂ ਇਦਾਂ ਹੀ ਲੱਗਦਾ, ਇਹਦੇ ਲਈ ਹੁਣ ਬੱਚੇ ਵੀ ਬੜੇ ਡਰੇ ਹੋਏ ਆ, ਇਦਾਂ ਕਿ ਕਿਤੇ ਘਰ ਤਾਂ ਨਹੀਂ ਆਜੂਗਾ ਕੋਈ, ਹੋਰ ਤਾਂ ਨਹੀਂ ਕਿਤੇ, ਮਤਲਬ ਹੁਣ ਜੇ ਆਪਾਂ ਗੱਡੀ ਲੈ ਕੇ ਨਹੀਂ ਜਾਵਾਂਗੇ ਕਰਾਂਗੇ ਕੀ? ਜਾਂ ਜਿਮ ਲੈ ਕੇ ਜਾਓਗੇ, ਕੰਮ ਤੇ ਲੈ ਕੇ ਜਾਓਗੇ, TRX ਦਾ ਟਰੱਕ ਹੈਗਾ ਆ, ਕਿਤੇ ਵੀ ਲੈ ਜਾਣਗੇ ਲਿਜਾਣ ਵਾਲੇ। ਪਰ ਇਹਦਾ ਵੇ ਆਊਟ ਕੀ ਆ? ਵੇ ਆਊਟ ਗਵਰਨਮੈਂਟ ਕੋਲ ਆ, ਸਾਡੇ ਕੋਲ ਕੁਛ ਨਹੀਂ ਹੈਗਾ। ਹਾਰਡ ਲਾਅ ਹੋਣਾ ਚਾਹੀਦਾ, ਇੰਨਾ ਕੁ ਹਾਰਡ ਜਿੱਦਾਂ ਦੁਬਈ 'ਚ ਆ, ਕੁਛ ਵੀ ਤੁਹਾਡਾ ਪਿਆ ਕੋਈ ਚੋਰੀ ਨਹੀਂ ਕਰਦਾ, ਜੇ ਚੋਰੀ ਕਰਦਾ ਤਾਂ ਰੋਡ ਤੇ ਖੜੇ ਕਰਕੇ ਗੋਲੀ ਮਾਰ ਦਿੰਦੇ ਆ। ਬੇਸਿਕਲੀ ਉਹੀ ਹੋਣਾ ਚਾਹੀਦਾ, ਅੱਗੇ ਬੱਚਿਆਂ ਦੀ ਸੇਫਟੀ ਲਈ ਤਾਂ ਹੀ ਹੋਊਗਾ, ਅਦਰਵਾਈਜ਼ ਨਹੀਂ। ਕਿਸੇ ਦਾ ਕਿਸੇ ਤਰ੍ਹਾਂ ਦਾ ਕੋਈ ਲਾਅ 'ਚ ਚੇਂਜ ਲਿਆਉਣ, ਅੱਜ ਫੜਦੇ ਆ ਕੱਲ ਨੂੰ ਛੱਡ ਜਾਂਦੇ ਆ, ਕੁਛ ਵੀ ਕਿੱਡੇ ਵੱਡੇ ਕ੍ਰਾਈਮ ਆਪਣੇ ਸਾਹਮਣੇ ਹੁੰਦੇ ਦੇਖਿਆ, ਕਿੰਨਾ ਕਿੰਨਾ ਟਾਈਮ ਉਹਨਾਂ ਨੂੰ ਡਾਇਗਨੋਸ ਕਰਨ 'ਚ ਲਾ ਦੇਣ, ਇਨਵੈਸਟੀਗੇਸ਼ਨ 'ਚ ਲਾ ਦਿੰਦੇ, ਉਸ ਤੋਂ ਬਾਅਦ ਅਗਲੇ ਦਿਨ ਬੰਦੇ ਬਾਹਰ ਹੁੰਦੇ ਆ। ਆ ਜਿਹੜੀ ਤੁਹਾਡੀ ਗੱਡੀ ਹੈ, ਜਿਹੜਾ RAM ਦਾ ਟਰੱਕ ਹੈ, TRX, ਆ ਦੋ ਅਟੈਂਪਟ ਹੋ ਚੁੱਕੇ ਹੈ, ਤੀਜਾ ਅਟੈਂਪਟ ਵੀ ਹੋ ਸਕਦਾ ਹੈ। 100% ਹੋ ਸਕਦਾ, ਕਿਤੇ ਵੀ ਲਿਜਾ ਸਕਦੇ ਆ, ਕਿਤੇ ਵੀ ਗੱਡੀ ਖੜੀ ਨੂੰ ਚੋਰੀ ਕਰ ਸਕਦੇ ਆ। ਪੁਲਿਸ ਨੇ ਰਿਪੋਰਟ ਲਿਖਾਈ, ਹਾਂਜੀ ਰਿਪੋਰਟ ਦੀ ਕਾਪੀ ਹੈਗੀ ਆਪਣੇ ਕੋਲ। ਪੁਲਿਸ ਵਾਲੇ ਕੁਛ ਨਹੀਂ ਕਹਿੰਦੇ, ਕੁਛ ਨਹੀਂ ਕਹਿੰਦੇ, ਜੋ ਸਾਰਿਆਂ ਦੀ ਆਂਸਰ ਆ ਸੇਮ ਆਂਸਰ ਆ, ਕਿ ਅਸੀਂ ਇਨਵੈਸਟੀਗੇਟ ਕਰਦੇ ਆ, ਪੁਲਿਸ ਵਾਲਿਆਂ ਦੇ ਵੀ ਹੱਥ ਖੜੇ ਆ ਹੈਂਡਸ ਅਪ ਕਿ ਸਾਡੇ ਹੱਥ 'ਚ ਕੁਛ ਨਹੀਂ ਹੈ। ਨੋਰਮਲ ਕਿ ਜੇ ਆਪਾਂ ਪੁਲਿਸ ਨੂੰ ਕਾਲ ਕਰਦੇ ਆ ਤਾਂ ਕੋਈ ਕਾਲ ਤਾਂ ਸੁਣਦਾ ਹੀ ਨਹੀਂ, ਉਹ ਕਹਿੰਦੇ ਜੇ ਕੋਈ ਐਮਰਜੈਂਸੀ ਆ ਤੁਸੀਂ ਕਾਲ ਕਰੋ, ਜੇ ਤੁਹਾਡੀ ਗੱਡੀ ਚੋਰੀ ਹੋਈ ਆ ਜਾਂ ਕੁਝ ਹੋਰ ਹੈਗਾ, ਉਹ ਫਿਰ ਅੱਡ ਤੋਂ ਨੰਬਰ ਦਿੰਦੇ ਆ ਜਿੱਥੇ ਕੋਈ ਕਾਲ ਨਹੀਂ ਚੱਕਦਾ। ਸੋ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਜ਼ਰੂਰ ਪੁੱਛੋ ਕਿ ਕੀ ਜਿਹੜੇ ਸਰਕਾਰਾਂ ਨੇ ਅਨਾਊਂਸਮੈਂਟਸ ਕੀਤੀਆਂ, ਨੈਸ਼ਨਲ ਆਟੋ ਥੈਫਟ ਪਲਾਨ, ਔਰ ਜਿਹੜੇ ਜਿਹੜੇ ਡਰਾਈਵਿੰਗ ਲਾਇਸੈਂਸ ਬੈਨ ਕਰਾਂਗੇ ਚੋਰਾਂ ਨੂੰ। ਚੋਰਾਂ ਨੂੰ ਤਾਂ ਡਰਾਈਵਿੰਗ ਲਾਇਸੈਂਸ ਚਾਹੀਦਾ ਹੀ ਨਹੀਂ ਹੈ, ਉਹ ਤਾਂ ਬਿਨਾਂ ਕ੍ਰਾਈਮ ਤੋਂ ਅੱਜ ਵੀ ਕਰ ਰਹੇ ਆ, ਗੱਡੀਆਂ ਚੋਰੀ ਅੱਜ ਵੀ ਹੋ ਰਹੀਆਂ। ਅਸੀਂ ਕਿਉਂ ਨਾ ਜਿਹੜੇ ਕ੍ਰਿਮੀਨਲਸ ਨੂੰ ਫੜਦੇ ਹਾਂ ਉਹਨਾਂ ਨੂੰ ਜੇਲ੍ਹ ਦੇ ਪਿੱਛੇ ਰੱਖੀਏ, ਲੌਂਗਰ ਪਨਿਸ਼ਮੈਂਟਸ ਦਈਏ, ਸਟ੍ਰਿਕਟ ਪਨਿਸ਼ਮੈਂਟਸ ਦਈਏ, ਤਾਂ ਕਿ ਉਹ ਡਰਨ ਚੋਰੀ ਕਰਨ ਤੋਂ, ਡਰਨ ਕਿ ਅਸੀਂ ਅਗਰ ਚੋਰੀ ਕਰਾਂਗੇ ਤਾਂ ਸਾਨੂੰ 10 ਸਾਲ ਦੀ, 20 ਸਾਲ ਦੀ ਜੇਲ੍ਹ ਹੋ ਸਕਦੀ ਹੈ ਫਸਟ ਅਟੈਂਪਟ 'ਤੇ ਹੀ। ਵਾਈ ਔਨ ਦਾ ਥਰਡ ਅਟੈਂਪਟ, ਵਾਈ ਨੋਟ ਔਨ ਦਾ ਫਸਟ ਅਟੈਂਪਟ? ਸੋ ਪ੍ਰੋਜੈਕਟ ਓਡੀਸੀ ਦੇ ਤਹਿਤ ਪੀਲ ਪੁਲਿਸ ਨੇ ਅਨਾਊਂਸਮੈਂਟ ਕੀਤੀ ਹੈ, ਉਹਨਾਂ ਨੇ 369 ਗੱਡੀਆਂ ਰਿਕਵਰ ਕੀਤੀਆਂ, ਔਰ ਉਹ ਜਿਹੜੀਆਂ ਉਹਦੇ 'ਚ 16 ਜਣੇ ਅਰੈਸਟ ਕੀਤੇ ਗਏ ਹੈ। ਪ੍ਰੋਜੈਕਟ ਓਡੀਸੀ 369 ਸਟੋਲਨ ਵਹੀਕਲਸ ਰਿਕਵਰਡ, 16 ਅਰੈਸਟ, ਟੋਟਲ ਜਣੇ ਸੀਗੇ 26 ਜਣੇ, 24 ਤੋਂ 26 ਜਣੇ ਜਿਨ੍ਹਾਂ ਨੇ ਆ ਕਾਰਨਾਮਾ ਕੀਤਾ ਸੀਗਾ, 16 ਜਣੇ ਅਰੈਸਟ ਕੀਤੇ ਗਏ, ਔਰ 33 ਮਿਲੀਅਨ ਦੀ ਵੈਲਿਊ ਸੀਗੀ ਆ ਜਿਹੜੀਆਂ ਗੱਡੀਆਂ ਰਿਕਵਰ ਕੀਤੀਆਂ ਗਈਆਂ, 33 ਮਿਲੀਅਨ ਦੀਆਂ ਗੱਡੀਆਂ ਰਿਕਵਰ ਕੀਤੀਆਂ ਗਈਆਂ। ਔਰ ਚੀਫ ਨੇ ਦੱਸਿਆ, ਚੀਫ ਨੈਸ਼ ਨੇ, ਕਿ 100 ਮਿਲੀਅਨ ਤੋਂ ਵੱਧ
ਜਿਹੜੀਆਂ ਪੁਲਿਸ ਨੇ ਰੋਕੀਆਂ ਚੋਰੀਆਂ, ਇੰਨੇ ਵਰਥ ਦੀ ਗੱਡੀਆਂ ਚੋਰੀਆਂ ਕੰਟਰੀ ਤੋਂ ਬਾਹਰ ਚਲੀਆਂ ਜਾਂਦੀਆਂ ਸੀ, ਔਰ ਅਸੀਂ ਗੱਲ ਕਰਦੇ ਹਾਂ ਕਿ 500 ਮਿਲੀਅਨ ਤੋਂ ਵੱਧ ਤਾਂ ਗੱਡੀਆਂ ਸਾਡੀ ਕੰਟਰੀ ਤੋਂ ਬਾਹਰ ਜਾ ਚੁੱਕੀਆਂ ਆਲਰੇਡੀ, ਕਿੰਨਾ ਕੁਛ ਲੋਸ ਹੋ ਚੁੱਕਾ ਹੈ। ਲੇਕਿਨ ਇਹ 'ਚ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ 16 ਜਣੇ ਅਰੈਸਟ ਕੀਤੇ ਹੈ ਉਹਨਾਂ 'ਚੋਂ 14 ਜਣਿਆਂ ਨੂੰ ਤਾਂ ਆਲਰੇਡੀ ਬੇਲ 'ਤੇ ਦੇ ਆਰ ਆਊਟ, ਦੇ ਆਰ ਆਲਰੇਡੀ ਰਿਲੀਜ਼ ਆਰਡਰ ਉਹਨਾਂ ਨੂੰ ਮਿਲੇ ਹੋਏ ਹੈ, ਅਤੇ ਸਾਡੇ ਜਿਹੜੇ ਸਰਕਾਰਾਂ ਹੈ ਉਹ ਇਹਦੇ 'ਤੇ ਕਿਉਂ ਨਹੀਂ ਧਿਆਨ ਦੇ ਰਹੀਆਂ? ਸਾਡੇ ਜਦ ਮੇਅਰ ਨੇ ਜਾਂ ਪੁਲਿਸ ਚੀਫ ਨੇ ਕਿੰਨੀ ਵਾਰ ਅਪੀਲ ਕੀਤੀ ਹੈ ਫੈਡਰਲ ਸਰਕਾਰ ਨੂੰ, ਪ੍ਰੋਵਿੰਸ ਸਰਕਾਰ ਨੂੰ, ਕਿ ਜਿਹੜੇ ਚੋਰ ਹੈ ਇਹਨਾਂ ਨੂੰ ਸਟ੍ਰਿਕਟ ਪਨਿਸ਼ਮੈਂਟ ਦਿੱਤੀਆਂ ਜਾਏ। ਹੀਨੀਅਸ ਕ੍ਰਾਈਮ ਹੈ ਆਟੋ ਥੈਫਟ ਦਾ, ਟੈਕਸ ਪੇਅਰਸ ਨੂੰ ਲੋਸ ਹੋ ਰਿਹਾ। ਸੋ ਅਸੀਂ ਪ੍ਰੋਜੈਕਟ ODC ਦੀ ਵੀ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ।